सत श्री अकाल जी, मेरा नाम गुरत्यान सिंह, राइट लिंक्स इमीग्रेशन ओपोजिट पंजाबी यूनिवर्सिटी पटियाला तो। जेकर तुसी साडे यूट्यूब चैनल पर नवे हो तो साडे चैनल नूं सबसक्राइब करो, बैल आइकन दबाओ ता कि जो इसे तरह दीआं स्टूडेंट्स की लेटेस्ट वीडियो तुसी देख सको। जिवें कि तुहानूं पता ही है कि राइट लिंक्स इमीग्रेशन की टीम हर वार एक अलग कहांगे भी जिहड़े बच्चों के वीज़े रिफ्यूज हो जाते हैं या गैप होने करके वीज़े नहीं लगते तो उन्होंने वीज़े अप्रूव करवाउंदी है फाइल सबमिट करके इमीग्रेशन। तो इस तरह अमनदीप सिंह जिन्हों का कैनेडा तो वीज़ा रिफ्यूज होया, तो अज उन्हों का वीज़ा अप्रूव हो चुकिया। अमनदीप खुद दसनगे अपनी प्रोफाइल बारे दे की एक्सपीरियंस जी। अमनदीप सत श्री अकाल, मेरा नाम अमनदीप सिंह है। तो मैं सब तो पहला राइट लिंक का धन्यवाद करता जिन्होंने मेरा एक रिफ्यूजल तो बाद अज वीज़ा लवा के दिता। तो मैनू बहुत खुशी हो रही है, मेरा गैप भी बहुत सीगा जी, तो उस तो बाद भी उन्होंने मैनू वीज़ा लवा के दिता। थैंक यू सो मच अमनदीप। सब तो पहला कंग्रेचुलेशन, थोड़ा वीज़ा अप्रूव होया, एक थोड़ा ड्रीम सीगा कैनेडा जाने का पूरा हो चुका अज। तो सब तो पहला अमनदीप आप गल करांगे तुहाडी प्रोफाइल बारे, तो जे आप उस तो पहला गल करिए एज बारे, थोड़ी की एज है? मेरी एज 35 ईयरस है। ओके, 35 थोड़ी एज चुकी है। तो थोड़ी क्वालिफिकेशन की है, तो 10th तुसी कदों पास आउट की अपनी? मैं 10th की है 2003 विद 52 मार्क्स। ओके, एंड आफ्टर दैट मैं डिप्लोमा मेरा 2006 दे विच होया सीगा एंड 62% ਦੇ ਨਾਲ। ਤੇ ਕਾਹਦਾ ਡਿਪਲੋਮਾ ਸੀਗਾ ਮਨਦੀਪ ਤੁਹਾਡਾ? ਇਹ ਸਰ ਮਕੈਨੀਕਲ ਦਾ ਡਿਪਲੋਮਾ। ਮਕੈਨੀਕਲ ਦਾ ਡਿਪਲੋਮਾ ਸੀਗਾ। ਤੇ ਡਿਪਲੋਮਾ 3 ਸਾਲ ਦੇ ਡਿਪਲੋਮੇ ਤੋਂ ਬਾਅਦ, ਯਾਨੀ ਕਿ ਤੁਸੀਂ 2006 'ਚ ਡਿਪਲੋਮਾ ਕੀਤਾ, ਉਸ ਤੋਂ ਬਾਅਦ ਕੀ ਸੀਗਾ ਆਪਣਾ ਬੀਟਾ ਡਿਪਲੋਮੇ ਤੋਂ ਬਾਅਦ? ਡਿਪਲੋਮੇ ਤੋਂ ਬਾਅਦ ਮੈਂ ਆਪਣੀ ਬੀਟੈਕ ਕੰਪਲੀਟ ਕੀਤੀ 2009 ਦੇ ਵਿੱਚ ਜੀ, ਤੇ ਉਸ ਤੋਂ ਬਾਅਦ ਮੈਂ ਆਪਣਾ ਜੌਬ ਕੀਤੀ ਹੈ। ਓਕੇ, ਯਾਨੀ ਕਿ ਤੁਸੀਂ ਆਪਣੀ ਬੀਟੈਕ ਮਕੈਨੀਕਲ 2009 ਦੇ ਵਿੱਚ ਕੰਪਲੀਟ ਕਰ ਲਈ ਸੀਗੀ, ਤੇ 9 ਤੋਂ ਬਾਅਦ ਤੁਹਾਡਾ ਹੁਣ ਤੱਕ ਦਾ ਕੀ ਐਕਸਪੀਰੀਅੰਸ ਰਿਹਾ? 9 ਤੋਂ ਬਾਅਦ ਮੇਰਾ ਜੋਬ ਦੇ ਵਿੱਚ ਐਕਸਪੀਰੀਅੰਸ ਹੈ, ਆਲਮੋਸਟ 12 ਈਅਰਸ ਹੋ ਗਏ ਮੈਨੂੰ ਕੰਮ ਕਰਦੇ ਹੋਏ। ਓਕੇ, ਤੇ ਮੈਂ ਆਪਣੀ ਫੀਲਡ ਦੇ ਵਿੱਚ ਹੀ ਕੰਮ ਕਰਦਾ ਰਿਹਾ। ਹਾਂ, ਯਾਨੀ ਕਿ ਤੁਹਾਨੂੰ 12 ਸਾਲ ਹੋ ਗਏ ਕੰਮ ਕਰਦੇ ਨੂੰ? ਰਾਈਟ। ਓਕੇ, ਤੇ ਇਸ ਟਾਈਮ ਤੁਹਾਡੀ ਕੀ ਪੋਸਟ ਹੈ ਕੰਪਨੀ ਦੇ ਵਿੱਚ? ਇਸ ਟਾਈਮ ਮੇਰੀ ਪੋਸਟ ਹੈਗੀ ਅਸਿਸਟੈਂਟ ਮੈਨੇਜਰ ਦੀ। ਓਕੇ, ਤੇ ਤੁਸੀਂ ਇਹ ਮੈਨੂੰ ਦੱਸੋ ਵੀ ਕੈਨੇਡਾ ਹੀ ਕਿਉਂ ਪਲਾਨ ਕੀਤਾ? ਉਹ ਵੀ ਆਪਾਂ ਇਹ ਕਹਿ ਸਕਦੇ ਵੀ ਇੰਨੇ ਗੈਪ ਤੋਂ ਬਾਅਦ ਕਿਵੇਂ ਤੁਹਾਡਾ ਮਨ ਬਣਿਆ ਵੀ ਮੈਂ ਸਟੱਡੀ ਵੀਜ਼ਾ ਲਈ ਅਪਲਾਈ ਕਰਾਂ? ਦੇਖੋ, ਫਸਟ ਆਫ ਆਲ ਕੈਨੇਡਾ ਇੱਕ ਇਮੀਗ੍ਰੇਸ਼ਨ ਫਰੈਂਡਲੀ ਕੰਟਰੀ ਹੈਗੀ ਹੈ ਜੀ, ਅਤੇ ਜਿਹਦੇ ਈਜ਼ਲੀ ਸਟੱਡੀ ਵੀਜ਼ਾ ਇੰਨੇ ਗੈਪ ਤੋਂ ਬਾਅਦ ਵੀ ਮਿਲ ਸਕਦਾ। ਅਤੇ ਉਸ ਤੋਂ ਬਾਅਦ ਅਸੀਂ ਆਪਣਾ ਉੱਥੇ ਨੋਮੀਨੇਸ਼ਨਸ ਪਲੱਸ PR ਲਈ ਉੱਥੇ ਈਜ਼ਲੀ ਅਪਲਾਈ ਕਰ ਸਕਦੇ ਜੀ। ਅਤੇ ਤੁਸੀਂ ਮੈਨੂੰ ਇੱਕ ਚੀਜ਼ ਹੋਰ ਦੱਸੋ, ਆਪਣਾ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਸੀਗਾ ਵੀ ਮੈਂ ਇੰਨੇ ਗੈਪ ਤੋਂ ਬਾਅਦ ਵੀ ਅਪਲਾਈ ਕਰ ਸਕਦਾ? ਤੁਹਾਨੂੰ ਇਹ ਨਹੀਂ ਲੱਗਿਆ ਵੀ ਮੇਰਾ ਇੰਨਾ ਗੈਪ ਆ, ਰਿਫਿਊਜ਼ ਵੀ ਹੋ ਸਕਦੀ ਐਪਲੀਕੇਸ਼ਨ? ਹਾਂਜੀ, ਫਸਟ ਆਫ ਆਲ ਮੈਨੂੰ ਪਹਿਲਾਂ ਤਾਂ ਡਾਊਟ ਹੁੰਦਾ ਸੀਗਾ ਕਿ ਲੱਗਣਾ ਜਾਂ ਨਹੀਂ ਲੱਗਣਾ, ਬਟ ਇਨੀਸ਼ੀਅਲੀ ਮੈਂ ਫਸਟ ਆਫ ਆਲ ਇਹਨਾਂ ਕੋਲ ਹੀ ਆਇਆ ਸੀਗਾ ਰੈਟ ਲਿੰਕਸ, ਅਤੇ ਇਹਨਾਂ ਨੇ ਕਾਫੀ ਅੱਛਾ ਗਾਈਡ ਕੀਤਾ ਸੀਗਾ ਕਿ ਸਾਡੀ ਫਾਈਲ ਲੱਗ ਸਕਦੀ ਹੈ ਜੀ। ਅਤੇ ਉਸ ਤੋਂ ਬਾਅਦ ਮੈਂ ਆਪਣਾ ਮਨ ਬਣਾਇਆ ਸੀਗਾ ਕਿ ਮੈਂ ਸਟੱਡੀ ਵੀਜ਼ਾ ਲਈ ਅਪਲਾਈ ਕਰੂੰਗਾ। ਓਕੇ, ਯਾਨੀ ਕਿ ਤੁਹਾਡੇ ਕਿਸੇ ਨਾ ਕਿਸੇ ਫਰੈਂਡ ਦਾ ਵੀਜ਼ਾ ਲੱਗਿਆ ਹੋਣਾ ਜਿਨ੍ਹਾਂ ਨੇ ਤੁਹਾਨੂੰ ਰੈਫਰ ਕੀਤਾ ਸੀਗਾ ਰਾਈਟ ਲਿੰਕਸ ਦੇ ਵਿੱਚ, ਰਾਈਟ, ਵੀ ਤੁਸੀਂ ਇੰਨੇ ਗੈਪ ਤੋਂ ਬਾਅਦ ਵੀ ਅਪਲਾਈ ਕਰ ਸਕਦੇ ਹੋ? ਹਾਂਜੀ, ਮੇਰਾ ਇੱਕ ਫਰੈਂਡ ਸੀਗਾ ਅਤੇ ਉਹਨਾਂ ਦੀ ਵਾਈਫ ਦਾ ਵੀਜ਼ਾ ਲੱਗਿਆ ਸੀ, ਉਹਨਾਂ ਦਾ ਵੀ ਗੈਪ ਅਰਾਊਂਡ 7-8 ਈਅਰਸ ਦਾ ਸੀਗਾ ਜੀ, ਅਤੇ ਉਹਨਾਂ ਨੇ ਗਾਈਡ ਕੀਤਾ ਸੀਗਾ ਕਿ ਅਸੀਂ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ। ਠੀਕ ਹੈ ਜੀ, ਅਤੇ ਜਦੋਂ ਤੁਸੀਂ ਰਾਈਟ ਲਿੰਕਸ ਵਿਜ਼ਿਟ ਕੀਤਾ ਸੀਗਾ ਮਨਦੀਪ, ਅਤੇ ਤੁਹਾਨੂੰ ਇਸ ਤੋਂ ਇਲਾਵਾ ਵੀ ਕੋਰਸਾਂ ਬਾਰੇ ਜਾਂ ਪ੍ਰਿੰਟਸ ਬਾਰੇ ਦੱਸਿਆ ਗਿਆ ਉਹਨਾਂ ਵੀ ਕਿਹੜੀ ਤੁਹਾਡੇ ਲਈ ਬੈਸਟ ਰਹੇਗੀ, ਉਹ ਵੀ ਥੋੜ੍ਹਾ ਜਿਹਾ? ਹਾਂਜੀ, ਇੱਥੇ ਮੈਂ ਰਾਈਟ ਲਿੰਕਸ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ, ਇਹਨਾਂ ਨੇ ਕਾਫੀ ਅੱਛਾ ਗਾਈਡ ਕੀਤਾ ਕਿ ਕਿਹੜੀ ਪ੍ਰੋਵਿੰਸ ਸਾਨੂੰ ਸਿਲੈਕਟ ਕਰਨੀ ਚਾਹੀਦੀ ਹੈ, ਕਿਹੜਾ ਕਾਲਜ ਸਿਲੈਕਟ ਕਰਨਾ ਚਾਹੀਦਾ ਹੈ ਜੀ, ਅਤੇ ਕਿਹੜਾ ਕੋਰਸ ਰੈਲੀਵੈਂਟ ਹੋਏਗਾ ਮੇਰੇ ਫੀਲਡ ਦੇ ਰਿਗਾਰਡਿੰਗ। ਓਕੇ, ਅਤੇ ਤੁਹਾਨੂੰ ਕਿਹੜੀ ਕਿਹੜੀ ਆਪਸ਼ਨ ਦਿੱਤੀ ਗਈਆਂ ਸੀਗੀਆਂ ਤੁਹਾਡੀ ਬੀਟੈਕ ਮਕੈਨੀਕਲ ਤੋਂ ਬਾਅਦ ਵੀ ਤੁਸੀਂ ਕਿਹੜੇ ਕਿਹੜੇ ਪ੍ਰੋਗਰਾਮ ਕਰ ਸਕਦੇ ਹੋ, ਫਾਈਨਲੀ ਕਿਹੜਾ ਚੂਜ਼ ਕੀਤਾ ਤੁਸੀਂ? ਓਕੇ, ਮੇਰੇ ਕੋਲ ਆਪਸ਼ਨਸ ਤਾਂ 2-3 ਸੀਗੀਆਂ, ਬਿਜ਼ਨਸ ਮੈਨੇਜਮੈਂਟ ਵੀ ਸੀਗਾ, ਪ੍ਰੋਜੈਕਟ ਮੈਨੇਜਮੈਂਟ ਵੀ ਸੀਗਾ ਜੀ, ਅਤੇ ਬਟ ਮੈਂ ਆਪਣੇ ਚੂਜ਼ ਆਪਣੀ ਫੀਲਡ ਰਿਲੇਟਡ ਕੀਤਾ ਕਿਉਂਕਿ ਮੈਂ ਪ੍ਰੋਜੈਕਟ ਵਿੱਚ ਆਲਰੇਡੀ ਕੰਮ ਕਰ ਹੀ ਰਿਹਾ ਸੀਗਾ ਜੀ, ਅਤੇ ਪਲੱਸ ਮੈਂ ਉਸਨੂੰ ਅੱਗੇ ਲਿਜਾਣਾ ਚਾਹੁੰਦਾ ਸੀਗਾ ਤਾਂ ਕਿ ਮੇਰੀ ਐਜੂਕੇਸ਼ਨ ਔਰ ਹਾਇਰ ਲੈਵਲ 'ਤੇ ਪਹੁੰਚੇ। ਓਕੇ, ਅਤੇ ਚਲੋ ਆਪਾਂ ਜੇ ਗੱਲ ਕਰੀਏ ਰਿਫਿਊਜ਼ਲ ਦੀ, ਅਤੇ ਜਿਹੜੀ ਤੁਹਾਡੀ ਇਸ ਤੋਂ ਪਹਿਲਾਂ ਫਾਈਲ ਰਿਫਿਊਜ਼ ਹੋਈ ਸੀਗੀ, ਆਈ ਥਿੰਕ ਕਿਸੇ ਅਦਰ ਕੰਪਨੀ ਤੋਂ ਹੋਈ ਸੀਗੀ, ਅਤੇ ਉਹਦਾ ਕਾਰਨ ਕੀ ਸੀਗਾ? ਉਹ ਵੀ ਕਈ ਵਾਰ ਹੁਣ ਕਹਿੰਦੇ ਨੇ ਆਪਾਂ ਵੀ ਸਟੂਡੈਂਟਸ ਹੁੰਦੇ ਨੇ ਉਹਨਾਂ ਦੀ ਐਜੂਕੇਸ਼ਨ ਵਧੀਆ ਹੁੰਦੀ ਹੈ, ਪਰਸੈਂਟੇਜ ਵੀ ਵਧੀਆ ਹੁੰਦੀ ਹੈ, ਬਟ ਫਿਰ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੀ ਫਾਈਲਾਂ ਰਿਫਿਊਜ਼ ਹੋ ਜਾਂਦੀਆਂ, ਤੁਹਾਡੀ ਫਾਈਲ ਦੇ ਵਿੱਚ ਇਹੋ ਜਿਹਾ ਕੀ ਰੀਜ਼ਨ ਸੀਗਾ ਜਿਸ ਕਰਕੇ ਤੁਹਾਡੀ ਫਾਈਲ ਰਿਫਿਊਜ਼ ਹੋਈ ਹੈ? ਫਸਟ ਆਫ ਆਲ ਜੋ ਮੈਨੂੰ ਸਪੈਸੀਫਿਕਲੀ ਰਾਈਟ ਲਿੰਕਸ ਆਉਣ ਤੋਂ ਬਾਅਦ ਪਤਾ ਲੱਗਿਆ ਮੇਰੀ ਫਾਈਲ ਦੇ ਵਿੱਚ ਕੀ ਕਮੀਆਂ ਨੇ, ਉੱਥੋਂ ਮੈਨੂੰ ਇਹ ਸਮਝ ਆਈ ਹੈ ਕਿ ਜਿਹੜੀ ਫਾਈਲਿੰਗ ਦਾ ਵੇ ਹੈਗਾ ਉਹ ਰੋਂਗ ਸੀਗਾ ਲਾਸਟ ਕੰਸਲਟੈਂਟ ਦੇ ਨਾਲ, ਕਿਉਂਕਿ ਉਹਨਾਂ ਨੇ ਕਾਫੀ ਕੁਝ ਮਿਸਮੈਚ ਕਰਕੇ ਲਗਾ ਰੱਖਿਆ ਸੀਗਾ, ਜਿੱਥੇ ਆਈਡੈਂਟੀਫਿਕੇਸ਼ਨ ਦੇਣੀ ਸੀ ਉੱਥੇ ਡਾਕੂਮੈਂਟ ਗਲਤ ਲਾ ਕੇ ਭੇਜੇ ਹੋਏ ਸੀਗੇ।
ਯਾਨੀ ਕਿ ਆਪਾਂ ਇਸ 'ਚ ਗੱਲ ਕਰ ਕਹਿ ਸਕਦੇ ਹਾਂ ਵੀ ਇੱਕ ਜਿਹੜੀ ਪ੍ਰੈਜੈਂਟੇਸ਼ਨ ਆ ਫਾਈਲ ਨੂੰ ਰੀਪ੍ਰਜੈਂਟ ਕਰਨਾ ਇਮੀਗ੍ਰੇਸ਼ਨ ਆਫਿਸਰ ਅੱਗੇ, ਹੈ ਨਾ, ਜਿਹੜੇ ਆਪਣੇ ਫਾਰਮ ਭਰੇ ਜਾਂਦੇ ਨੇ ਵੀ ਵੈਸੇ ਠੀਕ ਆ, ਓਕੇ ਸੀਗਾ ਸਾਰਾ, ਬਟ ਉਹ ਸਹੀ ਨਹੀਂ ਰੀਪ੍ਰਜੈਂਟ ਕਰ ਪਾਏ, ਤੁਹਾਡੀ ਸਟੇਟਮੈਂਟ ਨਹੀਂ ਸਹੀ ਕਰ ਪਾਏ, ਜਿਹਨੂੰ ਆਪਾਂ SOB ਕਹਿੰਦੇ ਹਾਂ, ਹੈ ਨਾ, ਯਾਨੀ ਕਿ ਉਹ ਚੀਜ਼ਾਂ 'ਚ ਕੁਛ ਮਿਸਟੇਕ ਸੀ ਜਿਸ ਕਾਰਨ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋਈ। ਹਾਂਜੀ, ਇਹ ਵੀ ਇੱਕ ਪੁਆਇੰਟ ਹੈਗਾ ਕਿ ਜਿਹੜੇ SOP ਸੀਗੀ ਉਹ ਪ੍ਰੋਪਰ ਵੇ ਨਾਲ ਰੀਪ੍ਰਜੈਂਟ ਨਹੀਂ ਕੀਤੀ ਗਈ ਸੀ, ਜਿਸ ਕਾਰਨ ਹੋ ਸਕਦਾ ਕਿ ਵੀਜ਼ਾ ਆਫਿਸਰ ਨੇ ਰਿਜੈਕਟ ਕਰ ਦਿੱਤਾ ਹੋਵੇ। ਜੀ, ਅਤੇ ਜਦੋਂ ਤੁਸੀਂ ਰਾਈਟ ਲਿੰਕਸ ਵਿਜ਼ਿਟ ਕੀਤਾ ਸੀਗਾ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਵੀ ਹਾਂ ਮੈਨੂੰ ਕੋਈ ਫੋਰਸ ਤਾਂ ਨਹੀਂ ਕੀਤਾ ਗਿਆ ਵੀ ਤੁਸੀਂ ਇਸੇ 'ਚ ਜਾਓ, ਉਹ ਥੋੜ੍ਹਾ ਜਿਹਾ ਵੀ, ਹੈ ਨਾ, ਕਰਨਾ ਹਾਂਜੀ ਉਹ ਕੋਈ ਮੈਨੂੰ ਫੋਰਸ ਨਹੀਂ ਕੀਤਾ ਗਿਆ ਸੀ, ਬਟ ਜਿਵੇਂ ਇਹ ਡਿਸਕਸ਼ਨ ਕਰਦੇ ਹਾਂ ਇੱਕ ਕਲਾਇੰਟ ਦੇ ਨਾਲ, ਜੀ, ਉਹਨਾਂ ਵੇ ਆਫ ਡਿਸਕਸ਼ਨ ਕਾਫੀ ਅੱਛਾ ਸੀ, ਕਾਫੀ ਬਰੀਫਲੀ ਡਿਸਕ੍ਰਾਈਬ ਕਰਦੇ ਹਰ ਚੀਜ਼ ਨੂੰ, ਕੋਈ ਚੀਜ਼ ਹਾਈਡ ਨਹੀਂ ਕੀਤੀ, ਸਭ ਕੁਝ ਇਹਨਾਂ ਨੇ ਸਾਫ਼ ਰੱਖਿਆ ਸੀ ਕਿ ਇੱਦਾਂ ਇੱਦਾਂ ਹੋ ਸਕਦਾ ਅਤੇ ਜੀ ਇਸ਼ੂਜ਼ ਵੀ ਆ ਸਕਦੇ ਆ ਅਤੇ ਇਹਨੂੰ ਇੱਦਾਂ ਕਿੱਦਾਂ ਸੋਲਵ ਕਰ ਸਕਦੇ ਹਾਂ। ਜੀ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਜਦੋਂ ਇਸ ਟਾਈਪ ਦੀਆਂ ਜਿੰਨੀਆਂ ਫਾਈਲਾਂ ਹੁੰਦੀਆਂ ਨੇ ਗੈਪ ਵਾਲੀਆਂ ਜਾਂ ਬੱਚੇ ਦਾ ਆਪਾਂ ਇਹ ਕਹਿ ਸਕਦੇ ਹਾਂ ਵੀ ਐਕਸਪੀਰੀਅੰਸ ਵੱਧਦਾ, ਪਿਛਲੇ 5-10 ਸਾਲ ਤੋਂ ਜੋਬ ਕਰ ਰਿਹਾ, ਵੀ ਉਹ ਪ੍ਰੀ ਪਲੈਨਡ ਹੋ ਕੇ ਤੁਹਾਡੀ ਫਾਈਲ ਲੱਗੀ ਹੈ, ਵੀ ਅਗਰ ਪ੍ਰੋਬਲਮ ਆਉਂਦੀ ਵੀ ਹੈ ਤਾਂ ਆਪਾਂ ਉਹਨੂੰ ਕਿਵੇਂ ਕਵਰ ਕਰ ਸਕਦੇ ਹਾਂ। ਰਾਈਟ ਜੀ, ਅਤੇ ਅਮਨਦੀਪ ਚਲੋ ਇੱਕ ਹੋਰ ਚੀਜ਼ ਦੱਸੋ, ਅਤੇ ਜੇ ਆਪਾਂ ਕਹੀਏ ਵੀ ਤੁਹਾਡਾ ਜਿਹੜਾ ਰਾਈਟ ਲਿੰਕਸ ਨਾਲ ਸਟਾਰਟਿੰਗ ਤੋਂ ਐਂਡ ਤੱਕ ਦਾ ਤੁਹਾਨੂੰ ਡਿਫਰੈਂਟ ਕੀ ਲੱਗਿਆ ਵੀ ਕੰਮ ਕਰਨ ਦਾ ਤਰੀਕਾ ਜੋ ਇੱਕ ਹਰ ਇੱਕ ਕੰਪਨੀ ਦਾ ਹੁੰਦਾ, ਤੁਹਾਨੂੰ ਰਾਈਟ ਲਿੰਕਸ ਦਾ ਕਿਵੇਂ ਦਾ ਲੱਗਿਆ? ਰਾਈਟ ਲਿੰਕਸ ਕਾਫੀ ਅੱਛੇ ਤਰੀਕੇ ਨਾਲ ਫਾਈਲ ਆਊਟਪੁੱਟ ਕਰਦੀਆਂ ਨੇ, ਜਿਵੇਂ ਕਿ ਪ੍ਰੋਪਰ ਸਿਸਟਮ ਇਹਨਾਂ ਦਾ ਆਪਣਾ ਇੱਕ ਪੋਰਟਲ ਹੈਗਾ ਜਿੱਥੇ ਡਾਕੂਮੈਂਟਸ ਅਪਲੋਡ ਕਰਦੇ ਨੇ ਅਤੇ ਸਾਡੇ ਡਾਕੂਮੈਂਟਸ ਵੀ ਅਪਲੋਡ ਕਰਦੇ ਨੇ, ਐਂਡ ਕਾਫੀ ਵਧੀਆ ਤਰੀਕੇ ਨਾਲ ਡੀਲਿੰਗ ਕਰਦੇ ਨੇ ਸਾਨੂੰ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਸ ਕਾਰਨ ਕਰਕੇ ਸ਼ਾਇਦ ਤੁਹਾਡੀ ਪਹਿਲਾਂ ਫਾਈਲ ਜਿਹੜੀ ਰਿਫਿਊਜ਼ ਹੋਈ ਸੀਗੀ, ਅਗਰ ਤੁਹਾਨੂੰ ਉਹ ਚੀਜ਼ ਪਹਿਲਾਂ ਕਲੀਅਰ ਹੁੰਦੀ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਤੁਹਾਡੀ ਫਾਈਲ ਰਿਫਿਊਜ਼ ਹੋਣੀ ਸੀ। ਰਾਈਟ, ਅਗਰ ਮੈਨੂੰ ਪਹਿਲਾਂ ਇਸ ਗੱਲ ਦਾ ਪਤਾ ਹੁੰਦਾ ਤਾਂ ਮੈਂ ਸ਼ਾਇਦ ਦੂਜੇ ਪਾਸੇ ਨਾ ਵੀ ਜਾਂਦਾ, ਫਸਟ ਟਾਈਮ ਇੱਥੇ ਆ ਜਾਂਦਾ। ਯਾਨੀ ਕਿ ਜਿਹੜੇ ਪਹਿਲਾਂ ਤੁਹਾਡੇ ਫਾਰਮਾਂ ਦੇ ਵਿੱਚ ਗਲਤੀਆਂ ਸੀਗੀਆਂ ਜਿਸ ਕਾਰਨ ਕਰਕੇ ਤੁਹਾਡੀ ਫਾਈਲ ਰਿਫਿਊਜ਼ ਹੋਈ ਆ, ਹੁਣ ਜਦੋਂ ਤੁਹਾਡੀ ਫਾਈਲ ਦੁਬਾਰਾ ਸਬਮਿਟ ਹੋਈ ਆ, ਤੁਸੀਂ ਓਵਰਆਲ ਕ੍ਰੋਸ ਚੈੱਕ ਕੀਤੀ ਆ ਸਟੇਟਮੈਂਟ ਤੋਂ ਲੈ ਕੇ ਫਾਰਮ ਤੱਕ ਸਾਰਾ ਜੋ ਵੀ ਤੁਹਾਡੇ ਫਾਈਲ ਦੇ ਵਿੱਚ ਸਬਮਿਟ ਹੋਇਆ। ਰਾਈਟ ਜੀ, ਅਤੇ ਤੁਸੀਂ ਉਹਨਾਂ ਸਟੂਡੈਂਟ ਨੂੰ ਕੀ ਰੈਕਮੈਂਡ ਕਰੋਗੇ ਜਿਹੜੇ ਹਜੇ ਪਲਾਨ ਕਰ ਰਹੇ ਨੇ ਜਾਂ ਜਿਨ੍ਹਾਂ ਦਾ ਆਪਾਂ ਕਹਿ ਲਓ ਵੀ ਜਿਵੇਂ ਤੁਹਾਡਾ ਵੀ 12 ਸਾਲ ਦਾ ਗੈਪ ਸੀਗਾ ਸਟੱਡੀ ਤੋਂ ਬਾਅਦ ਜਾਂ ਏਜ ਵੱਧ ਹੋ ਚੁੱਕੀ ਹੈ, ਕੀ ਉਹ ਪਲਾਨ ਕਰਨ ਵੀ ਸਟੱਡੀ ਵੀਜ਼ਾ 'ਤੇ ਜਾਣ? ਹਾਂਜੀ, ਮੈਂ ਸਭ ਨੂੰ ਰਿਕਮੈਂਡ ਕਰਦੇ ਹਾਂ ਕਿ ਰਾਈਟ ਲਿੰਕਸ ਕੋਲ ਆ ਕੇ ਜ਼ਰੂਰ ਇੱਕ ਵਾਰੀ ਮਿਲੋ, ਕਿਉਂਕਿ ਇਹ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੇ ਹੈ। ਜਿਵੇਂ ਮੇਰਾ ਗੈਪ ਵੀ ਆਲਮੋਸਟ 12 ਈਅਰਸ ਦਾ ਸੀਗਾ ਅਤੇ ਉਸ ਤੋਂ ਬਾਅਦ ਵੀ ਵੀਜ਼ਾ ਲੱਗ ਕੇ ਆ ਚੁੱਕਾ ਮੇਰਾ, ਅਤੇ ਮੈਂ ਬਹੁਤ ਥੈਂਕ ਯੂ ਕਰਦਾ ਇਹਨਾਂ ਦਾ ਕਿ ਮੇਰਾ ਵੀਜ਼ਾ ਸਕਸੈਸ ਹੋ ਚੁੱਕਾ ਹੈ। ਚਲੋ, ਥੈਂਕ ਯੂ ਸੋ ਮੱਚ ਅਮਨਦੀਪ ਤੁਹਾਡਾ ਆਫਿਸ ਆਉਣ ਲਈ, ਅਤੇ ਅੱਜ ਤੁਹਾਡਾ ਤੁਹਾਨੂੰ ਵੀਜ਼ਾ ਮਿਲ ਚੁੱਕਿਆ, ਅਤੇ ਤੁਸੀਂ ਦੇਖ ਚੁੱਕੇ ਹੋ ਅਮਨਦੀਪ ਨੇ ਆਪਣੀ ਪ੍ਰੋਫਾਈਲ ਬਾਰੇ ਅਤੇ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਇਹਨਾਂ ਦੇ ਗੈਪ ਤੋਂ ਬਾਅਦ ਵੀਜ਼ਾ ਅਪਰੂਵ ਹੋ ਚੁੱਕਿਆ। ਜੇਕਰ ਤੁਸੀਂ ਵੀ ਪਲਾਨ ਕਰ ਰਹੇ ਹੋ ਕੈਨੇਡਾ ਸਟੱਡੀ ਵੀਜ਼ਾ 'ਤੇ ਜਾਣ ਦਾ, ਅਤੇ ਇੱਕ ਹੋਰ ਖੁਸ਼ਖਬਰੀ ਦੇਵਾਂਗਾ ਮੈਂ, ਕੈਨੇਡਾ ਇਮੀਗ੍ਰੇਸ਼ਨ ਵੱਲੋਂ ਨਵੀਂ ਅਪਡੇਟ ਆਈ ਆ ਸਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ, ਯਾਨੀ ਕਿ ਹੁਣ ਤੁਸੀਂ ਆਪਣੇ ਵਿਦ ਸਪਾਊਸ ਕੈਨੇਡਾ ਜਾ ਸਕਦੇ ਹੋ। ਹੋਰ ਵਧੇਰੀ ਜਾਣਕਾਰੀ ਲਈ ਤੁਸੀਂ ਸਾਡੇ ਸਕਰੀਨ 'ਤੇ ਚੱਲ ਰਹੇ ਨੰਬਰਾਂ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਕੇ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਤਿਆਨ ਸਿੰਘ, ਰਾਈਟ ਲਿੰਕਸ ਇਮੀਗ੍ਰੇਸ਼ਨ ਓਪੋਜ਼ਿਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਜੇਕਰ ਤੁਸੀਂ ਵੀ ਪਲਾਨ ਕਰ ਰਹੇ ਹੋ ਕੈਨੇਡਾ ਸਟੱਡੀ ਵੀਜ਼ਾ 'ਤੇ ਜਾਣ ਲਈ, ਅਤੇ ਤੁਹਾਡੀ +2 'ਚੋਂ 50 ਤੋਂ 60% ਨੰਬਰ ਨੇ, ਜਾਂ ਫਿਰ ਤੁਹਾਡਾ +2 ਦੇ ਬਾਅਦ 5 ਤੋਂ 10 ਸਾਲ ਦਾ ਗੈਪ ਹੈ, ਤੁਸੀਂ ਆਇਲਸ ਕੀਤੀ ਹੋਈ ਹੈ ਓਵਰਆਲ 6 ਕਿਸੇ 1 ਜਾਂ 2 ਮੋਡਿਊਲ ਦੇ ਵਿੱਚੋਂ 5.5 ਬੈਂਡ ਨੇ, ਜਾਂ ਆਇਲਸ ਤੋਂ ਇਲਾਵਾ ਹੋਰ ਕੋਈ ਵੀ ਐਗਜ਼ਾਮ ਲਾਈਕ ਜਿਵੇਂ PT ਕੀਤਾ ਹੋਇਆ ਹੈ ਓਵਰਆਲ 58 ਨੋਟ ਲੈਸ ਦੈਨ 54, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਨਵਰੀ 2023 ਲਈ। ਵਧੇਰੀ ਜਾਣਕਾਰੀ ਲਈ ਸਕਰੀਨ ਦੇ ਚੱਲ ਰਹੇ ਨੰਬਰਾਂ 'ਤੇ ਕਾਲ ਕਰੋ ਅਤੇ ਆਪਣੀ ਅਪਾਇੰਟਮੈਂਟ ਨੂੰ ਬੁੱਕ ਕਰਵਾ ਕੇ ਸਾਡੀ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।